ਵਿਅਰਸ, ਤੁਸਾਂ ਵਿੱਚੋਂ ਕੌਣ ਕੌਣ ਹੀ ਜਗ੍ਹਾ ਦੇ ਬਾਰੇ ਜਾਣਦੇ ਨੇ? ਜਿਹੜੇ ਇਨ ਜਗ੍ਹਾ ਦੇ ਬਾਰੇ ਜਾਣਦੇ ਨੇ ਉਹ ਕਮੈਂਟਸ ਦੇ ਅੰਦਰ ਇਹਦਾ ਨਾਂ ਜ਼ਰੂਰ ਲਿਖਣ। ਸਲਾਮ ਅਲੈਕੁਮ ਵੀਅਰਸ, ਮੈਂ ਹਾਂ ਜਾਵੇਦ ਇਕਬਾਲ, ਸੁਣੇ ਦੇ ਪਿਓ ਮੇਰਾ ਯੂਟਿਊਬ ਚੈਨਲ। ਦੋਸਤੋ, ਉਹੀ ਵਕਤ ਮੈਂ ਮੌਜੂਦ ਹਾਂ ਮਜ਼ਾਰੇ ਕੈਦ 'ਤੇ। ਮਜ਼ਾਰੇ ਕੈਦ ਦਾ ਤੁਹਾਨੂੰ ਪੂਰੇ ਮਨਾਜ਼ਰ ਲਿਖੇ ਨੇ, ਅੰਦਰ ਜ਼ਿਆਰਤ ਕਹਿ ਨਹੀਂ ਸੀ ਪਈ, ਲੇਕਿਨ ਅਸਾਂ ਤੁਹਾਨੂੰ ਮਜ਼ਾਰੇ ਕੈਦ ਦੀ ਔਰ ਮਜ਼ਾਰੇ ਕੈਦ ਦੇ ਪੂਰੇ ਅਹਾਤੇ ਦੀ ਜ਼ਿਆਰਤ ਕਰਿਆ ਸੂੰ, ਔਰ ਕਰਾਚੀ ਦੇ ਟੂਰ ਦੀ ਜਿਹੜੀ ਵੀਡੀਓ ਨਾ ਉਹ ਵੀ ਤੁਹਾਨੂੰ ਕਰਿਆ ਸੂੰ ਸ਼ੇਅਰ। ਅਗਰ ਚੈਨਲ 'ਤੇ ਨਵੇਂ ਹੋਏ ਸਬਸਕ੍ਰਾਈਬ ਕਰ ਦਿਓ, ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲੇ ਤੁਸਾਂ ਤੱਕ ਪੁੱਜੇ। ਅਤੇ ਆਪਾਂ ਕੋਲ ਜ਼ਰਾ ਜਲਦੀ ਵੀ ਹੈ ਅਤੇ ਅਸੀਂ ਵਾਸਤੇ ਥੋੜ੍ਹੀ ਸਪੀਡ ਨਾਲ ਵੀਡੀਓ ਬਣਾ ਤੇ ਜੁਲਦੇ ਪਏ ਹਾਂ ਏਅਰਪੋਰਟ। ਏਅਰਪੋਰਟ ਦੀ ਵੀਡੀਓ ਵੀ ਬੜੇ ਸੁਣ ਤੁਹਾਨੂੰ ਕਰਿਆ ਸੂੰ ਸ਼ੇਅਰ, ਅਤੇ ਹੁਣ ਤੁਸੀਂ ਕਰੋ ਅਸੀਂ ਵੀਡੀਓ ਨੂੰ ਇੰਜੋਏ। ਵੀਅਰਸ, ਜਿੱਥਾਂ ਕਿ ਬਹਿਰੀਆ ਟਾਊਨ ਦਾ ਨਾਂ ਤੁਸੀਂ ਸੁਣ ਸੋ, ਅਤੇ ਉੱਥਾਂ ਤੁਹਾਡੇ ਜ਼ਹਿਨ ਦੇ ਅੰਦਰ ਇਹ ਕਾਰੋਬਾਰੀ ਸ਼ਖਸੀਅਤ ਦਾ ਨਾਂ ਜ਼ਰੂਰ ਹਮਸੇ, ਜੈਂ ਕਿ ਬਹਿਰੀਆ ਟਾਊਨ ਦੀ ਬੁਨਿਆਦ ਰੱਖੀਏ। ਜੀ ਬਿਲਕੁਲ, ਤੁਸਾਂ ਸਹੀ ਪੇ ਸੋਚੇਂਦੋ। ਬਹਿਰੀਆ ਟਾਊਨ ਦੀ ਬੁਨਿਆਦ ਰੱਖਣ ਵਾਲੇ ਮਲਿਕ ਰਿਆਜ਼ ਦਾ ਨਾਂ ਤੁਹਾਡੇ ਜ਼ਹਿਨ ਦੇ ਅੰਦਰ ਜ਼ਰੂਰ ਆਇਆ ਹੋਸੇ। ਬਹਿਰੀਆ ਟਾਊਨ ਦੀ ਬੁਨਿਆਦ ਰੱਖਣ ਵਾਲੇ ਮਲਿਕ ਰਿਆਜ਼ ਨੇ ਪਾਕਿਸਤਾਨ ਦੇ ਵੱਡੇ ਸ਼ਹਿਰਾਂ ਦੇ ਅੰਦਰ ਬਹਿਰੀਆ ਟਾਊਨ ਦੀ ਬੁਨਿਆਦ ਰੱਖੀ ਹੈ। ਇਹ ਬਹਿਰੀਆ ਟਾਊਨ ਕਰਾਚੀ ਦੀ ਮਸਜਿਦ ਨਜ਼ਰ ਆਉਂਦੀ ਪਈ ਤੁਹਾਨੂੰ। ਇਹ ਤੋਂ ਬਾਅਦ ਜੁਲਦੇ ਪਏ ਆਪਾਂ ਮਜ਼ਾਰੇ ਕੈਦ 'ਤੇ। ਜੀ ਵੀਅਰਸ, ਅਗਰ ਤੁਸਾਂ ਹੀ ਜਗ੍ਹਾ ਦਾ ਨਾਂ ਹਾਲੇ ਤੱਕ ਵੀ ਕਮੈਂਟਸ ਦੇ ਅੰਦਰ ਨਹੀਂ ਲਿਖਿਆ ਤਾਂ ਹੁਣ ਵੀ ਲਿਖ ਦਿਓ, ਮੈਂ ਤੁਹਾਨੂੰ ਇਹਦੀ ਤਫਸੀਲ ਦੱਸਦਾ ਪਿਆ। ਜੀ ਦੋਸਤੋ, ਇਹ ਜਗ੍ਹਾ ਉਹ ਅਜ਼ੀਮ ਹਸਤੀ ਦਾ ਮਕਬਰਾ ਹੈ, ਉਹ ਅਜ਼ੀਮ ਹਸਤੀ ਦੀ ਆਰਾਮਗਾਹ ਹੈ, ਜੈਂ ਸਾਕੂੰ ਅਤੇ ਤੁਹਾਕੂੰ ਆਜ਼ਾਦੀ ਅਤਾ ਫਰਮਾਈਏ, ਜੈਂ ਕੂੰ ਬਾਬਾ ਕੌਮ ਆਖਿਆ ਵੈਂਦੇ, ਅਜ਼ੀਮ ਰਹਿਨੁਮਾ ਆਖਿਆ ਵੈਂਦੇ, ਜੈਂ ਤੁਹਾਡੇ ਅਤੇ ਸਾਡੇ ਹੱਕ ਦੀ ਜੰਗ ਲੜੀਏ। ਜੀ ਬਿਲਕੁਲ, ਤੁਸਾਂ ਸਹੀ ਪੇ ਸਮਝਦੋ। ਹੁਣ ਦਾ ਨਾਂ ਹੈ ਮੁਹੰਮਦ ਅਲੀ ਜਿਨਾਹ, ਜੈਂ ਕੂੰ ਲਕਬ ਦਿੱਤਾ ਗਿਆ ਕਾਇਦ ਆਜ਼ਮ ਦਾ, ਕਾਇਦ ਆਜ਼ਮ ਅਜ਼ੀਮ ਰਹਿਨੁਮਾ। ਵੀਅਰਸ, ਕੈਦ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਆਪਣੀ ਜ਼ਿੰਦਗੀ ਦੇ ਅੰਦਰ ਅਣਥੱਕ ਮਿਹਨਤ ਕੀਤੀ ਹੈ, ਹਾਲਾਂਕਿ ਬਿਮਾਰ ਜੋ ਸੀ ਗਨ, ਬਿਮਾਰੀ ਦੀ ਹਾਲਤ ਵਿੱਚ ਵੀ ਹੂੰ ਸਾਡੇ ਅਤੇ ਤੁਹਾਡੇ ਹੱਕ ਦੀ ਜੰਗ ਲੜੀ ਹੈ। ਅਤੇ ਊਂ ਪਾਕਿਸਤਾਨ ਦੇ ਅੰਦਰ ਅਸਾਂ ਅੱਜ ਕੱਲ੍ਹ ਕਿਆ ਪਿਕ ਰਹਿੰਦੇ ਹਾਂ ਇਹ ਤੁਸਾਂ ਅਤੇ ਮੈਂ ਬਿਹਤਰ ਜਾਣਦੋ। ਦੋਸਤੋ, ਕੈਦ ਆਜ਼ਮ ਦੇ ਮਜ਼ਾਰ 'ਤੇ ਬੜੇ ਖੂਬਸੂਰਤ ਨਜ਼ਾਰੇ ਹੁੰਦੇ ਹਨ, ਦੇਖੋ ਹੁਣ ਇੱਥੋਂ ਕਿ ਇਹ ਫਵਾਰਿਆਂ ਦੇ ਪਾਣੀ ਵੀ ਕਹਿਣੀ ਕੋਈ ਇੱਥੋਂ ਦਾ ਨਿਜ਼ਾਮ ਉਹ ਬਿਹਤਰ ਕਹਿਣੀ ਜਿਵੇਂ ਪਹਿਲੇ ਹੁੰਦਾ, ਅਤੇ ਅੰਦਰ ਦੀ ਫਿਲਹਾਲ ਜ਼ਿਆਰਤ ਵੀ ਕਹਿਣੀ ਅੱਗੋਂ ਰਸਤਾ ਬੰਦ ਕੀਤਾ ਹੋਇਆ। ਅਤੇ ਵੈਸੇ ਵੀ ਸਾਕੂੰ ਬਹੁਤ ਜ਼ਿਆਦਾ ਜਲਦੀ ਹੈ, ਕਿਉਂਕਿ ਅਸਾਂ ਵੰਜਣਾ ਏਅਰਪੋਰਟ 'ਤੇ। ਅਗਰ ਜਲਦੀ ਨਾ ਹੁੰਦੀ ਤਾਂ ਇਹਨੇ ਕੋਈ ਰਿਕੁਐਸਟ ਕਰਤੇ, ਅੰਦਰ ਦੇ ਨਜ਼ਾਰੇ ਵੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂ। ਫਿਲਹਾਲ ਹੁਣ ਅਸਾਂ ਜੁਲਦੇ ਪਏ ਹਾਂ ਏਅਰਪੋਰਟ 'ਤੇ। ਅੱਜ ਦੀ ਵੀਡੀਓ ਕਿੰਝੀ ਲੱਗੀ ਅਸੀਂ ਬਾਰੇ ਕਮੈਂਟਸ ਦੇ ਅੰਦਰ ਜ਼ਰੂਰ ਦੱਸਣੇ। ਵੀਡੀਓ ਚੰਗੀ ਲੱਗੀ ਤਾਂ ਇਹ ਕੋਈ ਲਾਈਕ, ਕਮੈਂਟ ਅਤੇ ਸ਼ੇਅਰ ਕਰ ਦੱਸੋ। ਬਹੁਤ ਜ਼ਿਆਦਾ ਸ਼ੁਕਰੀਆ। ਅੱਲਾਹ ਹਾਫਿਜ਼।